ਆਪਣੀ ਆਟਾ ਦਾਲ ਸਕੀਮ ਜਿਹੜੀ ਪਿਛਲੀ ਚੱਲ ਰਹੀ ਸੀਗੀ, ਹੁਣ ਨਾਲ ਚਾਹ ਦੀ ਵੀ ਉਮੀਦ ਦਿੱਤੀ ਗਈ ਸੀਗੀ, ਪਰ ਇਸ ਵੇਲੇ ਲੋਕਾਂ ਨੂੰ ਜਿਹੜੀ ਚਾਹ ਪੀਣੀ ਵੀ ਮੁਸੀਬਤ ਬਣੀ ਹੋਈ ਹੈ ਉਹਦੇ ਬਾਰੇ ਮੈਨੂੰ ਲੱਗਦਾ ਲੋਕਾਂ ਦੀ ਆਪ ਦੀ ਚਾਹ ਪੱਤੀ ਮੁਕਾਤੀ ਹੈ ਕਾਂਗਰਸ ਨੇ। ਇਹ ਹਾਲਾਤ ਬਣਾਤੇ ਅੱਜ ਪੰਜਾਬ ਦੇ ਕਿ ਹਰ ਵਰਗ, ਵਪਾਰੀ, ਮਜ਼ਦੂਰ, ਕਿਸਾਨ, ਹਰ ਵਰਗ ਇੰਡਸਟਰੀ ਤੱਕ ਦਾ ਦੁਖੀ ਹੋ ਗਿਆ। ਅੱਜ ਉਸੇ ਲਈ ਠਾਠਾਂ ਮਾਰਦੇ ਇਕੱਠ ਕਾਂਗਰਸ ਪਾਰਟੀ ਦੇ ਉਲਟ ਸੜਕਾਂ 'ਤੇ ਆਉਣ ਨੂੰ ਤਿਆਰ ਆ ਕਿ ਸਾਡਾ ਹੱਕ ਸਿੱਖੀ ਦਾ। ਇੱਕ ਮਜੀਠੇ ਚੱਲੀ ਸਾਹਿਬ ਸਟਾਈ ਕਰ ਰਹੇ ਹੈਗੇ ਆ, ਹੁਣ ਇਹੀ ਕੁਛ ਰਹਿ ਗਿਆ ਜੀ, ਥੋੜ੍ਹੇ ਬਹੁਤ ਸੱਟਾਂ ਸ਼ੁਰੂ ਕਰਾ ਦੇਣਾ।